ਤ੍ਰਿਉਂਡ ਦਾ ਟਰਾਈ ਕਰਨ ਵਾਸਤੇ ਸ਼ਰਨ ਨੂੰ ਮੈਂ ਚੱਕਿਆ ਉਸਦੇ ਪਿੰਡ ਵੇਰਾਂ ਤੋਂ ਘਰ ਦੇ ਵਿੱਚੋਂ ਲੈ ਗਏ ਸੀ ਨਾਲ ਉਹਨੂੰ ਮੈਂ ਅਤੇ ਪਰਿਵਾਰ ਨੇ ਰਵਾਨਗੀ ਐਂ ਦਿੱਤੀ ਜਿਵੇਂ ਅਸੀਂ ਜੰਗ ਨੂੰ ਚੱਲੇ ਹੁੰਦੇ ਹਾਂ ਅਤੇ ਪਿੰਡ ਦੀ ਫਿਰਨੀ ਤੋਂ ਮੋੜਾਂ ਤੋਂ ਅਸੀਂ ਐਂ ਨਿਕਲੇ ਹਾਂ ਜਿਵੇਂ ਸੱਚੀ ਜੰਗ ਨੂੰ ਚੱਲੇ ਹੁੰਦੇ ਹਾਂ। ਕਮਾਦੀਆਂ ਕਮੋਦੀਆਂ ਤੋਂ ਪਾਰ ਕਰਦੇ ਹੋਏ ਮੋੜਾਂ ਤੋਂ ਨਿਕਲੇ, ਲੋਕ ਐਂ ਵੇਖ ਰਹੇ ਸੀ ਵੀ ਬੰਦੇ ਨੇ ਬੜੀ ਵੱਖਰੀ ਤਿਆਰੀ ਕੀਤੀ, ਕਿਉਂਕਿ ਇੱਦਾਂ ਦੀ ਟਰੈਕਿੰਗ ਕਰਨ ਵਾਸਤੇ ਕਿਸੇ ਨੇ ਕੋਈ ਇੱਦਾਂ ਕੋਈ ਬੁਲਟ ਤਿਆਰੀ ਕੀਤੀ ਨਹੀਂ ਹੋਣੀ ਕਿਉਂਕਿ ਏਰੀਏ 'ਚੋਂ ਲੰਬਾ ਲੌਂਗ ਟ੍ਰਿਪ ਅਸੀਂ ਜ਼ਿਆਦਾ ਕਰਦੇ ਹੁੰਦੇ ਹਾਂ। ਅਤੇ ਇੱਥੋਂ ਨਿਕਲ ਕੇ ਅਸੀਂ ਰਸਤੇ ਵਿੱਚ ਤੇਲ ਪਵਾਇਆ ਗੁਰਾਇਆਂ ਤੋਂ ਆ ਕੇ, ਅਤੇ 1000 ਰੁਪਏ ਦਾ ਤੇਲ ਪਵਾਇਆ ਮੈਂ, ਬਾਕੀ ਰਾਹ 'ਚ ਪਵਾ ਲਾਂਗੇ ਠੀਕ ਆ। ਅਤੇ ਰਸਤੇ 'ਚ ਕੈਪਟਨ ਭਾਜੀ ਕੋਲ ਵੀ ਖੜ੍ਹੇ ਸੀ ਦੁਕਾਨ 'ਤੇ, ਅਤੇ ਰਾਹ 'ਚ ਭੁੱਖ ਬਹੁਤ ਲੱਗੀ ਸੀ ਅਤੇ ਕੁਦਰਤੀ ਅਪਰੇ ਲੱਗੇ ਕਬੱਡੀ ਟੂਰਨਾਮੈਂਟ ਚੱਲਦਾ ਪਿਆ ਸੀ, ਚੱਲ ਮੈਂ ਕਿਹਾ ਇੱਥੇ ਲੰਗਰ ਵੀ ਛਕ ਲੈਂਦੇ ਹਾਂ ਨਾਲੇ ਕਬੱਡੀ ਟੂਰਨਾਮੈਂਟ ਇੰਜੋਏ ਕਰ ਲੈਂਦੇ ਹਾਂ। ਬਾਕੀ ਲੋਕ ਐਂ ਵੇਖ ਰਹੇ ਸੀ ਬੜੀ ਤਾਰੀਖ ਖਿੱਚੀ ਬੰਦਿਆਂ ਨੇ ਵੀ ਕਿੱਧਰੋਂ ਚੱਲੇ ਨਾ, ਅਤੇ ਰੈਫਰੀ ਆਪਣੀ ਬੜੀ ਘੈਂਟ ਜੀ ਵਾਇਸ ਨਾਲ ਆਪਣੀ ਕਮੈਂਟਰੀ ਕਰ ਰਿਹਾ ਸੀ, ਅਤੇ ਮੈਚ ਮੇਰੇ ਖਿਆਲ 'ਚ 65-70 ਵਾਲੇ ਮੁੰਡੇ ਸੀ, ਛਾਟਵੇਂ ਤਿੱਖੇ ਜਿਹੇ ਮੁੰਡੇ ਸੀਗੇ, ਅਤੇ ਸਾਰਿਆਂ ਦੇ ਪੇਟ ਮਸਲ ਨਿਕਲੇ ਹੋਏ ਸੀ। ਮੈਂ ਲੈ ਸਾ ਵੀ ਮੁੰਡੇ 65-70-55 ਵਾਲੇ ਆ, ਘੈਂਟ ਸੀ ਮੁੰਡੇ, ਛੋਲੇ ਸੀ, ਪਰ ਇਹ ਬਲਦਾਰੀਆਂ ਦੌੜਾਂ ਵੀ ਹੁੰਦੀਆਂ ਪਏ ਸੀ ਉਹ ਵੀ ਦੇਖੀਆਂ। ਬਾਕੀ ਸ਼ਰਨ ਨੇ ਆਪਣੇ ਥੋੜ੍ਹੀ ਜਿਹੀ ਫੋਟੋਆਂ ਖਿੱਚੀਆਂ, ਪੋਜ ਪਾ ਜੇ ਬਣਾਏ ਘੈਂਟ ਜੇ ਕਰਕੇ, ਅਤੇ ਕਈ ਬੰਦੇ ਸਾਡੇ ਮੇਰੇ ਨਾ ਗੋਡੇ ਪੈੜਾਂ ਪਏ ਉਹ ਵੇਖੀ ਜਾਂਦੇ ਸੀਗੇ ਵੀ ਬੜੀ ਤਗੜੀ ਤਿਆਰੀ ਕਿਤੇ ਚੱਲੇ ਕਿੱਥੇ ਨਾ, ਬੁੜ ਦੇ ਕੱਟਾ ਕੁੱਟਾ ਬੰਨੀਆਂ ਬੜੀਆਂ, ਕਈਆਂ ਲਈ ਬੜੇ ਅਜੀਬ ਸੀ। ਫਿਰ ਇੱਥੋਂ ਚੱਲ ਕੇ ਅਸੀਂ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਅਸੀਂ ਗੁਰੂ ਕਾ ਲਾਹੌਰ ਜਾ ਕੇ ਅਸੀਂ ਰੁਕੇ ਸੀਗੇ, ਅਤੇ ਅਸੀਂ ਗੁਰੂ ਕਾ ਲਾਹੌਰ ਦੇ ਅਤੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਪੁਰਬ ਦੀ ਤਿਆਰੀ ਹੋ ਰਹੀ ਸੀ। ਦੇਖੋ ਬੜੇ ਹੀ ਸੋਹਣੇ ਦੀਵਾਨ ਸਜਾਏ ਹੋਏ ਆ, ਬੜੇ ਹੀ ਸੋਹਣੇ ਦਰਬਾਰ ਸਾਹਿਬ ਨੂੰ ਸਜਾਇਆ ਫੁੱਲਾਂ ਦੇ ਨਾਲ, ਬੜਾ ਆਨੰਦ ਸੀ ਇੱਥੇ, ਵੱਖਰਾ ਹੀ ਨਜ਼ਾਰੇ ਸਾਹ ਜਾਣਿਓ ਵੀ ਜਦ ਸਵਰਗ ਜਾਂ ਪੋਤਰੇ ਹੁੰਦੇ ਆ। ਲੋਕੇਸ਼ਨ ਵੀ ਨਾਲ ਨਾਲ ਪਹਾੜਾਂ ਦੀ ਬਹੁਤ ਸੋਹਣੀ ਦੇਖ ਰਹੇ ਹੋ ਨਾ, ਤਾਂ ਕਿ ਤੁਸੀਂ ਦਰਸ਼ਨ ਸਾਰਣੀ ਕੀਤੇ ਹੋਏ ਆ ਨਾ, ਅਤੇ ਅਸੀਂ ਵੀ ਸਾਰੇ ਸ਼ੋਟ ਲਏ ਆ। ਸਵੇਰੇ ਸਵੇਰੇ ਨਾ ਸੂਰਜ ਨਿਕਲਦਾ ਇੱਥੋਂ ਤਾਂ ਬਹੁਤ ਸੋਹਣਾ ਲੱਗਦਾ। ਬਾਬਾ ਜੀ ਸਾਨੂੰ ਇੱਥੇ ਕਮਰਾ ਤੋਂ ਆਇਆ ਸੀ, ਉੱਥੇ ਬੈਠਿਆ ਸਾਰਾ ਖਲਾਰਾ ਮੈਂ ਪਾਇਆ ਹੋਇਆ, ਸ਼ਰਨੀ ਜਿਹੜੀ ਖੱਪ ਮੈਨੂੰ ਜ਼ਿਆਦਾ ਕਰਦਾ ਆ, ਅਤੇ ਆ ਸਾਰਾ ਸੈਟਵੈਟ ਸਮਾਨ ਕਰਕੇ ਇਹ ਮੇਰੇ ਖਿਆਲ 'ਚ ਸਵੇਰ ਦੀ ਵੀਡੀਓ ਆਈ ਸੀ ਉਹ ਤੁਰਨ ਲੱਗਿਆਂ ਦੀ ਨਾ, ਅਤੇ ਸਾਰੀ ਪੈਕਿੰਗ ਕਰਦੇ ਪਏ ਹਾਂ। ਅਤੇ ਇਸ ਤੋਂ ਬਾਅਦ ਅਸੀਂ ਆਪਣੀ ਤਿਆਰੀ ਖਿੱਚਣੀ ਸੀ ਮਨਾਲੀ ਨੂੰ, ਕਿਉਂਕਿ ਅਸੀਂ ਮਨਾਲੀ ਤੋਂ ਕੁਝ ਏਰੀਆ ਘੁੰਮਣਾ ਸੀ, ਫਿਰ ਅਸੀਂ ਜਾਣਾ ਸੀਗਾ ਧਰਮਸ਼ਾਲਾ ਮੈਕਲਾਉਡਗੰਜ। ਅਤੇ ਇੱਥੋਂ ਸ਼ਰਨੇ ਦੇ ਬੁਲਟ ਚੱਕਿਆ, ਅਤੇ ਰਸਤੇ ਵਿੱਚ ਬਾਬਾ ਜੀ ਨਾਲ ਗੱਲਬਾਤ ਕੀਤੀ, ਕੁਝ ਉਹਨਾਂ ਨਾਲ ਫੋਟੋਜ਼ ਲਈਆਂ, ਕਹਿ ਰਹੇ ਸਨ ਕਿ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਇੱਥੇ ਚੱਲ ਰਹੀ ਆ, ਅਤੇ 1958 ਤੋਂ ਗੁਰੂ ਕਾ ਲਾਹੌਰ ਵਿੱਚ ਕਾਰ ਸੇਵਾ ਦੀ ਇੱਥੇ ਸੇਵਾ ਚੱਲਦੀ ਪਈ ਆ ਸੰਗਤਾਂ ਦੇ ਸਹਿਯੋਗ ਨਾਲ। ਪਿੰਨੀਆਂ ਬਹੁਤ ਸਵਾਦ ਸਨ ਇੱਥੇ ਜੀ ਲੱਗੀਆਂ ਲੰਗਰ ਵਿੱਚ, ਅਤੇ ਅਸੀਂ ਪਿੰਨੀਆਂ ਤਕਰੀਬਨ ਲਵਾਵੇ ਭਰ ਲਿਆ, 8-10 ਪਿੰਨੀਆਂ ਪਾ ਕੇ, ਅਤੇ ਅਸੀਂ ਕਿ ਉੱਥੇ ਜਾ ਕੇ ਖਾਵਾਂਗੇ ਨਾਲ ਗੁੜ ਲੈ ਲਿਆ, ਅਤੇ ਬਾਬਾ ਜੀ ਨਾਲ ਕੁਝ ਫੋਟੋਆਂ ਕਰਵਾਈਆਂ, ਕੁਝ ਸ਼ੋਟ ਲਏ। ਰਸਤੇ ਵਿੱਚ ਅਸੀਂ ਕੁਝ ਬੇਰ ਅਤੇ ਟਮਾਟਰ ਗੰਢੇ ਲਏ ਸੀਗਾ, ਚਲੋ ਉੱਥੇ ਜਾ ਕੇ ਛੋਲੇ 'ਚ ਪਾਵਾਂਗੇ। ਅਤੇ ਰਸਤੇ ਵਿੱਚ ਮਨਾਲੀ ਜਾਂਦੇ ਆ ਟਨਲ ਆਏ ਆ, ਸ਼ਰਨੀ ਵਾਸਤੇ ਨਵੀਂ ਚੀਜ਼ ਸੀ ਕਿਉਂਕਿ ਫਸਟ ਟਾਈਮ ਪਹਾੜਾਂ 'ਚ ਮਾਮਾ ਆਇਆ, ਅਤੇ ਬਹੁਤ ਸੋਹਣੇ ਟਨਲ ਬਣੇ ਹੋਏ ਆ। ਮੰਡੀ ਤੱਕ ਜਾਂਦੇ ਆ ਬੰਦਾ 2.5 ਘੰਟੇ ਪਹੁੰਚ ਜਾਂਦਾ, ਅੱਗੇ ਬੰਦਾ ਪਹੁੰਚਦਾ 5-6 ਘੰਟੇ 'ਚ, ਸ਼ੋਰਟ ਰਸਤੇ ਬਹੁਤ ਹੋ ਗਏ। ਅਤੇ ਰਸਤੇ ਵਿੱਚ ਪੱਗ ਬੰਨ੍ਹ ਕੇ ਜਿਹੜੀ ਅੱਜ ਮੈਂ ਜਾਂਦੇ ਆ ਰਾਈਡ ਕੀਤੀ ਸੀ, ਆਉਂਦੇ ਤਾਂ ਹੈਲਮਟ ਲਾਇਆ ਸੀ ਅਤੇ ਵਧੀਆ ਲੱਗਿਆ, ਅਤੇ ਉਹ ਲੁੱਕ ਉੱਦਾਂ ਦੀ ਹੋ ਜਾਂਦੀ ਬੰਦਾ ਉਹ ਵੀ ਘੈਂਟ ਲੱਗਦਾ ਪੱਗ ਬੰਨ੍ਹ ਕੇ, ਤੁਹਾਨੂੰ ਪਤਾ ਹੀ ਹੈ ਨਾ ਕੁਦਰਤੀ ਬੰਦੇ ਨਾਲ ਵੱਖਰੇ ਇੱਕ ਐਟੀਟਿਊਡ ਜਾਂ ਵੱਖਰੇ ਰੂਪ ਜਾ ਜਾਂਦਾ। ਅਤੇ ਟਨਲ ਬੜੇ ਘੈਂਟ ਬਣੇ, ਬੜੇ ਸੋਹਣੇ ਬਣੇ ਸੀਗੇ, ਅਤੇ ਕਹਿੰਦੇ ਸੀ ਵੀ ਇਹ 3 ਘੰਟੇ ਦਾ ਫਰਕ ਪੈ ਗਿਆ, ਇਹ ਸਮੇਂ ਬੰਦਾ ਮੰਡੀ ਲੇਟ ਪਹੁੰਚਦਾ ਸੀਗਾ, ਅਤੇ ਟਨਲ ਬਣਨਾ ਰਸਤਾ ਸ਼ੋਰਟ ਹੋ ਗਿਆ, ਅਤੇ 2.5 ਘੰਟੇ ਬੰਦਾ ਮੰਡੀ ਪਹੁੰਚ ਜਾਂਦਾ ਅਨੰਦਪੁਰ ਸਾਹਿਬ ਤੋਂ ਚੱਲ ਕੇ। ਅਤੇ ਰਸਤਾ ਵਾਕਈ ਬੜਾ ਘੈਂਟ ਸੀ, ਬੜੇ ਪਿਆਰੇ ਰੋਡ ਬਣੇ ਸੀਗੇ, ਆਪਾਂ ਪੂਰੇ ਵੀ ਖਿੱਚੀ ਗਏ ਹਾਂ, ਅਤੇ ਰਸਤੇ 'ਚ ਕੁਝ ਪੋਜ਼ ਬਣਾਏ। ਆਹ ਮੇਰੇ ਹਿਸਾਬ ਵਿੱਚ ਅਸੀਂ ਫਿਰ ਮਨਾਲੀ 'ਤੇ ਨਹੀਂ ਗਏ, ਜੋਗਿੰਦਰ ਨਗਰ ਤੋਂ ਕੁਝ ਫੋਟੋਜ਼ ਲਈਆਂ ਨੇ ਆਈ ਆ ਸ਼ੋਰਟ, ਸ਼ਰਨੀ ਪੂਰੀ ਪੋਜ਼ ਬਣਾ ਰਿਹਾ ਖੜਿਆ ਸੀ, ਕੁਝ ਮੇਰੀਆਂ ਵੀਡੀਓ ਬਣੀਆਂ ਨੇ ਹੈ ਨਾ ਮੈਂ ਇੰਸਟਾ 'ਤੇ ਪਾਈਆਂ ਨੇ, ਕੋਈ ਸਟੰਟ ਜੇ ਕੀਤੇ ਨੇ ਸਲੋ ਮੋਸ਼ਨ ਜੇ ਕਰਕੇ, ਮਤਲਬ ਘੈਂਟ ਘੈਂਟ ਚੀਜ਼ਾਂ ਦੇਖਣ ਨੂੰ ਮਿਲੀਆਂ। ਅਸੀਂ ਬਾਅਦ 'ਚ ਪਹੁੰਚੇ ਜੀ ਗੱਲੂ, ਗੱਲੂ ਆ ਗਿਆ ਜੀ ਮੈਕਲੋਡ ਗਾਇਨ
ਦੇ ਉੱਪਰ ਧਰਮਕੋਟ ਦੇ ਉੱਪਰ ਇਸ ਟਰੈਕ ਸ਼ੁਰੂ ਕਰਨਾ ਸੀ ਅਤੇ ਇੱਥੇ ਪੂਰੀ ਬਰਫ਼ ਪਈ ਹੋਈ ਸੀ ਅਤੇ ਸ਼ਰਨੀ ਨੇ ਬਰਫ਼ ਹੀ ਪਹਿਲੀ ਵਾਰ ਦੇਖੀ ਸੀ। ਇਹ ਪਤੰਦਰ ਦੂਰੋਂ ਪਹਾੜ ਦੇਖਿਆ ਕਹਿੰਦਾ ਚਿੱਟੀ ਮਿੱਟੀ ਆ, ਮੈਂ ਕਿਹਾ ਜਾ ਪਰਵਾ। ਅਤੇ ਆਹ ਅਸੀਂ ਹੁਣ ਆਪਣਾ ਟੈਂਟ ਇੱਥੇ ਕੈਂਪ ਕੀਤਾ, ਮੈਗੀ ਅਸੀਂ ਆਪਦੀ ਆਪ ਬਣਾਈ ਆ, ਉੱਦਾਂ 100-150 ਦੀ ਮੈਗੀ ਬਣਾ ਕੇ ਦਿੰਦੇ ਆ। ਵਾਧੂ ਦਾ ਖਰਚਾ ਹੀ ਆ, ਅਸੀਂ ਕੋਈ ਖਰਚਾ ਖੋਚਾ ਨਹੀਂ ਕੀਤਾ, ਸੱਚ ਜਾਣੇ ਅਸੀਂ ਟਰੈਕ ਵੀ ਤਕਰੀਬਨ ਫ੍ਰੀ ਕਰਕੇ ਆਏ ਹਾਂ। ਬਾਕੀ ਗੱਲਾਂ ਟਰੈਕ ਤੋਂ ਬਾਅਦ 'ਚ ਕਰਾਂਗੇ, ਹੁਣ ਤਾਂ ਉਹਦਾ ਸਫ਼ਰ ਸਾਡਾ ਇੰਨਾ ਹੀ, ਕਿਉਂਕਿ ਅਸੀਂ ਅਗਲੀ ਕੱਲ੍ਹ ਹੀ ਵੀਡੀਓ ਸ਼ੂਟ ਕਰੇ ਪਾਵਾਂਗੇ। ਆਹ ਮੈਗੀ ਬਣਾ ਕੇ ਅਸੀਂ ਇੱਥੇ ਖਾਧੀ ਸੀਗੀ ਅਤੇ ਇੱਥੇ ਅਸੀਂ ਆਪਣਾ ਮਾੜਾ ਮੋਟਾ ਇੰਜੋਏ ਕੀਤਾ। ਬਾਹਰ ਅਸੀਂ ਕੈਂਪ ਕਰ ਲਿਆ, ਹੋਟਲ 'ਚ ਸੀਗਾ ਕਮਰਾ 1500 ਦਾ, ਅਸੀਂ ਆਪਣਾ ਟੈਂਟ ਲੈ ਗਏ ਸੀ ਨਾ ਕਿ ਕਾਹਨੂੰ ਖਰਚਾ ਕਰਨਾ। ਅਤੇ ਇੱਥੇ ਅਸੀਂ ਦਾਲ ਮੂੰਗਰੀ ਅਤੇ ਛੋਲੇ ਭੇਜ ਸੀਗੇ, ਉੱਪਰ ਜਾ ਕੇ ਖਾਵਾਂਗੇ, ਪਰ ਦੋਸਤੋ ਕਿਸੇ ਕੰਮ ਨਹੀਂ ਆਏ ਸਾਡੇ, ਅਸੀਂ ਖਾਧਾ ਨਹੀਂ ਕੋਈ, ਅਸੀਂ ਰਾਸ਼ਨ ਉੱਪਰ ਲੈ ਕੇ ਗਏ ਸੀ। ਅਖੀਰ 'ਚ ਅਸੀਂ ਜਦੋਂ ਮਨੀਕਰਨ ਵਾਪਸ ਆਏ ਸੀ ਨਾ, ਅਸੀਂ ਉਦੋਂ ਫਿਰ ਇਹ ਗਾਂ ਨੂੰ ਪਾ ਕੇ ਆਏ ਸੀ, 1.5 ਕਿਲੋ ਰਾਸ਼ਨ ਅਸੀਂ ਨਜਾਇਜ਼ ਚੱਕਿਆ ਨਾਲ। ਅਤੇ ਠੀਕ ਹੈ ਜੀ, ਬਾਕੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ, ਆਰ ਜੈਪੀ ਸਿੰਘ, ਅਤੇ ਸ਼ਰਨੀ ਦਾ ਚੈਨਲ ਹੈਗਾ ਸ਼ਰਨ ਦਰਿਆਈ ਘੋੜਾ, ਵੀ ਸਬਸਕ੍ਰਾਈਬ ਕਰ ਲਿਓ, ਸਾਰੀਆਂ ਜਾਣਕਾਰੀ ਅਸੀਂ ਉਸ 'ਤੇ ਪਾਵਾਂਗੇ। ਟਰੈਵਲ ਅਸੀਂ ਹੋਰ ਵੀ ਬਹੁਤ ਕਰਨਾ ਹੈ, ਅਤੇ ਚੈਨਲ ਨੂੰ ਫੋਲੋ ਕਰ ਲਿਓ ਅਤੇ ਸਪੋਰਟ ਕਰਿਓ। ਥੈਂਕ ਯੂ ਸੋ ਮੱਚ, ਬਾਕੀ ਗੱਲ